ਲਾ ਤੋ ਨਾ ਮੇਰੀ ਇਹ ਗੱਲ ਸੁਣ ਕੇ ਮੈਂ ਤੈਨੂੰ ਦੱਸੇ ਨਾ ਪਿਆ ਲਾਲੇ ਨੂੰ ਪਿੱਟਿਆ ਲਾਲਾ ਆ ਪੁੱਛੋ ਮੁਜਰੋ ਮੋਫੀ ਖਾਜਾ ਤੂੰ ਤੇ ਮੈਂ ਤੇ ਬਾਅਦ ਨਾਮ ਕਿਤਨੇ ਅਰਸੇ ਦਾ ਆਖਣ ਲੱਗੇ ਆ ਦੂਜੀ ਗੱਲ ਉਹਨਾਂ ਦਾ ਦਿਮਾਗ ਵਧੇ ਉਤਲੇ ਲੈਵਲ ਤੇ ਸਾਥੀਆਂ ਦਾ ਗੱਲ ਨੀ ਤੇ ਦੋਹਾਂ ਦੇ ਪਹਿਲੇ ਇਸਲਾਮਾਬਾਦ ਦੇ ਸੀ ਆਪ ਸੋਰੀ ਲਾਹੌਰ ਦੇ ਸਾਥੀ ਠੀਕ ਹੈ ਉਹਨਾਂ ਦਾ ਮਿਆਰ ਵਧੇ ਉੱਚਾ ਮੈਂ ਉਹਨਾਂ ਨੂੰ ਭੈਂਡੋ ਨੂੰ ਜਿਹਨੇ ਆਦਿ ਨਾ ਇੱਥੋਂ ਫਿਰਾ ਟੁਰਾ ਕੇ ਤੇ ਮੈਂ ਉਹਨਾਂ ਨੂੰ ਜਿਹਨੇ ਆਦਿ ਨਾ ਬਈ ਫਿਰਾ ਟੁਰਾ ਕੇ ਤੇ ਬਾਹਰੋਂ ਬਾਹਰ ਘਿਨ ਵੇਖਾਂ ਪਰਲੇ ਪਾਸੇ ਗੱਲ ਲਾਲੇ ਤੇ ਚਾਰ ਪੈਸੇ ਮੇਰੇ ਲੱਗ ਵਜਣ ਤਾਂ ਮੈਨੂੰ ਕੋਈ ਇਤਰਾਜ਼ ਕੋਈ ਨਹੀਂ ਭਾਈ ਫਿਰਾਵਾਂ ਤੇ ਬੰਦਾ ਖਰਚਾ ਕਰੇਂਦਾ ਰਹਿੰਦਾ ਹੁੰਦਾ ਗੱਲ ਸਮਝ ਤੇਰਾ ਹਾਂ ਉਹ ਇਹ ਮਸਲਾ ਹੈ ठेकेदार नजर हर काम कितने ठेकेदार काम पे करे ना हाँ। कितने एक ताला खानी पता नहीं कितनी कंपनी है खाली थी इस रोड से गेरा है अपना कोर्ट गिन के ना हाँ। मेरे को मेनू तो ना ਮੇਰਾ ਮਤਲਬ ਕੋਈ ਮਾਲ ਮਾਲ ਜ਼ਿਆਦਾ ਸੁਣਾਇਆ ਗੱਲ ਸਿੱਧੀ ਮੈਂ ਤੈਨੂੰ ਦੱਸ ਦੇਵਾਂ ਲੇਕਿਨ ਮੈਂ ਉਹਨਾਂ ਨੂੰ ਆਖਿਆ ਵੀ ਸਾਰੇ ਪਾਸੇ ਰਿਵਾਜ਼ ਕੋਨੀ ਤੁਸੀਂ ਫਰਦਾ ਰੇਟ ਫਾਈਨਲ ਉਹ ਆਦੇ ਨਾਲ ਸਾਈਨ ਕਿਉਂ ਗੱਲ ਕਰਾਂ ਮੈਨੇ ਗੱਲ ਸਮਝੇ ਨਾ ਪਈ ਇਹਨੂੰ ਵਿੱਚ ਸਮਝ ਆਉਂਦੀ ਹੁਣ ਮੈਂ ਕੀ ਕਰਾਂ ਮੈਨੂੰ ਦੱਸਦਾ ਮੈਂ ਵਿੱਚ ਨਾ ਮੈਂ ਉਹਦੇ ਆਖ ਹੁੰਦਾ ਨਾ ਮੈਂ ਇਹ ਕੁਝ ਕਰ ਸਕਦਾ ਲਾਲੇ ਤੇ ਜਿਹੜਾ 20,000 ਮੇਰਾ ਖਰਚਿੰਦਾ ਹੈ ਮੈਂ ਉਹਨਾਂ ਰੋਟੀ ਖਲਵੇ ਸਾਂ ਹਰ ਸ਼ੇ ਕਰੇ ਸਾਂ ਤੇ ਮੈਂ ਉਹਨਾਂ ਬਾਰੂ ਬਾਰ ਟੋੜ ਦੇ ਸਾਂ ਮੈਂ ਨਹੀਂ ਮਸਲਾ ਨਹੀਂ ਮੇਰੀ ਹੱਥ ਦੂਰ ਦੱਸਣਾ ਤਾਂ ਬਸ ਮੈਂ ਉਹ ਆਖਾਂ ਹੁਣ ਵਜੇ ਨਾ ਉਹਦੀ ਉਹ ਆਪਣਾ ਕਿਰਨਾ ਇਸ ਠੇਕੇਦਾਰ ਹੈ ਨਾ ਪਤਾ ਨੀ ਕਿਤਨਾ ਠੇਕੇਦਾਰ ਹੈ ਜਿਹੜੇ ਕੰਮ ਪੇ ਕਰੇ ਨੇ ਇਸ ਹਫਤੇ ਬਹਿਰ ਵਿੱਚ ਗਲਤ ਕਰੇ ਨੇ ਪਏ ਉਸਨੂੰ ਕੰਮ ਇਸ ਗੱਲ ਉਹਨਾਂ ਦਾ ਰਹਿਣ ਤਾਂ ਉੱਤੇ ਆਏ ਮੇਰੀ ਗੱਲ ਸਮਝ ਮੇਰੀ ਪੁਆਇੰਟ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਉਹ ਵੱਡੇ ਸਾਹਿਬ ਸੀ ਉਹਨਾਂ ਦਾ ਰਹਿਣ ਹੈ ਉਤਲੇ ਲੈਵਲ ਤੇ ਠੀਕ ਹੈ ਮੈਂ ਉਹਨਾਂ ਕੋਲ ਪੁੱਛਿਆ ਨੀ ਮੇਰੇ ਕੋਲ ਲਾਲਾ ਰਸੇ ਸੀ ਤਾਂ ਮੈਂ ਉਹਨਾਂ ਨਾਲ ਗੱਲ ਕਰ ਸਾਂ ਬਾਜ਼ਾਰ ਸਾਰੇ ਕੋਲ ਉਹ ਤੁਸਾਂ ਰੁਪਈਆ ਨਾ ਗਿਟੋ ਚਵਾਨੀ ਗਿਨੋ ਮੈਂ ਕਹਿੰਦਾ ਸਮਾਂ ਮੈਨੂੰ ਇਹਨਾਂ ਚੀਜ਼ਾਂ ਦੀ ਡਾਹ ਨਹੀਂ ਆਉਂਦੀ ਮੇਰੀ ਗੱਲ ਨਹੀਂ ਪੈ ਸਮਝ ਉਹਨਾਂ ਮੈਨੂੰ ਆਖਿਆ ਸਾਥ ਮੈਨੂੰ ਉਹਨਾਂ ਆਖਿਆ ਛੇ ਸਾਥ ਠੇਕੇ ਹੈ ਔਰ ਇਹ ਅਹੁਦੇਦਾਰ ਹੈ ਉਹ ਹੈ ਉਹ ਹੈ ਹਰ ਕੋਈ ਮੈਨੂੰ ਮਾਤਾ ਚਾਹੀਏ ਦਿਖਾਉਂਦਾ ਠੀਕ ਹੈ ਉਸੇ ਯਾਰ ਸਾਨੂੰ ਭੈਣ ਲੜਨ ਨੂੰ ਪਰਵਾਹ ਕੋ ਨਹੀਂ ਕੋ ਹੋਰ ਹੋਵੇ ਨਾ ਠੇਕੇਦਾਰ ਲੜਨ ਨੂੰ ਪਰਵਾਹ ਨਹੀਂ ਮੈਂ ਮੈਨ ਕੋ ਇਹ ਸ਼ਰੀਫ ਆਦਮੀ ਦੀ ਇੱਜ਼ਤ ਬਦਨਾਮ ਥੀ ਸੀ ਗੱਲ ਨਹੀਂ ਪੈ ਸਮਝ ਸਾਨੂੰ ਕਹਿਣ ਦੀ ਕੋਈ ਪਰਵਾਹ ਕੋ ਨਹੀਂ ਫਿੱਟੋ ਨਾ ਨਾਲ ਜਿਹੜਾ ਕੋ ਕਰੇ ਤਾਂ ਵੀ ਆਹ ਭੁਗਤੀ ਵਜ਼ੀਰ ਆਜ਼ਮ ਦੇ ਹਲਕੇ ਗਲਤ ਕਰੇ ਸੀ ਤਾਂ ਆਪ ਇਨਕੁਆਇਰੀਆਂ ਭੁਗਤੀ ਮੇਰੀ ਗੱਲ ਨਹੀਂ ਪੈ ਸਮਝ ਉਹ ਜੋ ਮੈਂ ਤੋਂ ਵਧੇ ਹੁਣ 5-7 ਲੱਖ ਦੇ ਉੱਤੇ ਮੈਂ ਉਹਨਾਂ ਨੂੰ 5-7 ਲੱਖ ਆਖ ਸਕਦਾ ਮੇਰੀ ਗੱਲ ਨਹੀਂ ਪੈ ਸਮਝ ਬਈ ਸਾਥ ਠੇਕੇ ਆ ਜੀ ਠੀਕ ਹੈ ਜੀ ਮੈਨੂੰ ਜੋ ਇੱਕ ਮੈਨੂੰ ਜੋ ਇੱਕ ਮੈਂ ਉਹਨਾਂ ਨਾਲ ਦੇਖੋ 7-15 ਕੀਤੀ ਠੇਕੇਦਾਰ ਲੱਗੇ ਪੈ 15 ਮੇਰੀ ਗੱਲ ਕੀਤੀ ਕੰਪਨੀਆਂ ਉਹ ਸਿੰਨ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰ ਬਈ ਅਗਲਾ ਤਾਂ ਰਿਕਾਰਡ ਖੇਣਾ ਨਾ ਬਈ ਠੇਕਾ ਕਹਿੰਦੇ ਨਾ ਤੇ ਕੀ ਅਗੂ ਕਹਿਨੂੰ ਛੋੜਾ ਇਹ ਗੱਲ ਨਹੀਂ ਤੇ ਸਮਝਿਆ ਇਹ ਗੱਲ ਸਮਝੇ ਉਹ ਜਿਹਨੇ ਬਈ ਜੇ ਹੋ ਰਹੇ ਹੈ ਉਹ ਹੋ ਰਹੇ ਹੈ ਫਲਾਨ ਇਤਨੇ ਲਈ ਹੈ ਫਲਾਨ ਇਤਨੇ ਲਈ ਹੈ ਇਹ ਗੱਲ ਸਮਝੇ ਠੀਕ ਹੈ ਜੀ ਹੁਣ ਉਹਨਾਂ ਮੈਂ ਤੁਹਾਨੂੰ ਆਪ ਦੀ ਰਿਕਾਰਡ ਦੱਸਾਂ ਉਹਨਾਂ ਨੂੰ ਇੱਕ ਠੇਕੇਦਾਰ ਉਹਨਾਂ ਨਾਲ ਕੀਤਾ ਰਾਬਤਾ ਪਤਾ ਨੀ ਕੌਣ ਹੈ ਠੇਕੇਦਾਰ ਉਹ ਸਾਰੀਆਂ ਮਾਲੂਮਾਤ ਦੇ ਉਹਨਾਂ ਨਾਲ ਉਹ ਬੰਦਾ ਨੇ ਪਹਿਲੇ ਤਾਂ ਆਪਣੇ ਬੁੱਕ ਵਿੱਚ ਉਹ ਬੰਦਾ ਕੱਢੋ ਜਾਂ ਹੋ ਸਕਦਾ ਇੱਕ ਚੋਰ ਹੋਵੇ ਮੈਨੂੰ ਨਹੀਂ ਪਤਾ ਇਸ ਗੱਲ ਦਾ ਮੈਨੂੰ ਤੁਸੀਂ ਦੱਸੇ ਮੈਨੂੰ ਲਾਲਾ ਦੱਸੇ ਸੀ ਵੀ ਉਹਨਾਂ ਨੇ 2 ਲੱਖ ਦੇਣਾ ਮੈਂ 2 ਲੱਖ ਚ ਦੇਸਾਂ ਮੈਂ ਲਾਲਾ ਕੇ ਸੀ ਉਹਨਾਂ ਨੂੰ ਨਹੀਂ ਦੇਵਣਾ ਮੈਂ ਮੇਰਾ ਦੇ ਵਿੱਚ ਮੇਰਾ ਮਤਲਬ ਵੀ ਇਹ ਗੱਲ ਮੈਂ ਉਹਨਾਂ ਨੂੰ ਉਸ ਪੈਰਾਏ ਤੇ ਗੱਲ ਕਰੇ ਸਨ ਉਹ ਜੋ ਵਧੀ ਹੁਣ ਮੇਰਾ ਮਤਲਬ ਉਤਲੇ ਲੈਵਲ ਵਿੱਚ ਵਧ ਮੀਆਂ ਵਾਲੀ ਦੇ ਵਿੱਚ ਉਤਲੇ ਲੈਵਲ ਤੇ ਕੌਣ ਵੇਂਦਾ ਹੈ ਗੱਲ ਸਭ ਤੇ ਕੋ ਲਾਹੌਰ ਇਸਲਾਮਾਬਾਦ ਤਾਂ ਨਹੀਂ ਨਾ ਹਾਂ ਬਿਲਕੁਲ ਹਦੂ ਦਾ ਸਾਡਾ ਵਾਦਾ ਘਾਟਾ ਭਾਈ ਕੇਰਾ ਮੈਨੇ ਇੱਕ ਦਾ ਠੀਕ ਹੈ ਤੂੰ ਤੇ ਮੈਂ ਕਿਹੜੀ ਜਗ੍ਹਾ ਤੇ ਖਲੋਤੇ ਹੋ ਤਾਂ ਅਗਰ ਉਹਨਾਂ ਨੂੰ ਕੋਈ 40-50 ਦੀ ਗੱਲ ਹੀ ਹੁੰਦੀ ਤਾਂ ਮੈਂ ਉਹਨਾਂ ਨੂੰ ਲਾਲਾ ਆਪਣੇ ਕੋਲ ਭੁਗਤਾ ਛੋੜੋ ਵਿਆ ਠੀਕ ਹੈ ਜੇ ਤੇ ਨਾ ਖਾਂ ਭਾਈ ਉਹਦੇ V3 ਮੇਰੇ ਕੋਲ ਬਣਦਾ V3 ਦੇ ਤੇ ਨਾ ਜਾਣ ਸੁਣਾ ਠੀਕ ਹੈ ਇਹ ਤਾਂ ਹੁਣ ਮੇਰਾ ਮਤਲਬ ਹੈ ਉਹ ਜੋ ਮੇਰਾ ਉਹਨਾਂ ਨੂੰ 2 ਲੱਖ ਰੁਪਈਏ ਦੇਣਾ ਆਵੇ ਤਾਂ ਲਾਲਾ ਤੈਨ ਤਾਂ ਨਹੀਂ ਦੇਣਾ ਗੰਦਾ ਸੱਤ 50 ਤੱਕ ਹਾਂ ਤੂੰ ਤੇ ਮੈਂ ਰਲ ਸਕਦੇ ਆ ਠੀਕ ਹੈ ਇਤੀ ਤੱਕ ਤਾਂ ਕਰ ਸਕਦੇ ਆ ਉਤਲੇ ਪੈਸੇ ਲਾਲਾ ਹੁਣ ਮੇਰਾ ਮਤਲਬ ਹੈ ਕਰੇ ਮੈਂ ਸਮਝੇ ਨਾ ਪਿਓ ਦੇਖੋ ਜਿਹੜਾ ਸਾਡੇ ਨਾਸ ਰੋਡ ਇਸ ਤਰ੍ਹਾਂ ਠੇਕੇਦਾਰ ਹੈ ਇੱਕ ਐਡੀ ਖੋਰੇ ਇੱਕ GKB ਹੈ ਇੱਕ ਉਹ ਫਿਰ ਇਹਨਾਂ ਗੱਲਾਂ ਕਿਉਂ ਪੋਨੇ ਨਹੀਂ ਤਾਂ ਦੱਸਣਾ ਮੇਰਾ ਮਤਲਬ ਐਸਾ ਤੁਸੀਂ ਸਿੱਧੀ ਸਿੱਧੀ ਗੱਲ ਕੀਤੀ ਹੈ ਠੀਕ ਹੈ ਅਗਰ ਮੇਰਾ ਮਤਲਬ ਇਹ ਤਰ੍ਹਾਂ ਚੈਨਲ ਜਿਹੜੇ ਮੈਂ ਦੇ ਆਂਦੇ ਮੈਂ ਦੋਨੋਂ ਉਹ ਉਹਨਾਂ ਦੇ ਰਹਿਣ ਜੋ ਹੋਵੇ ਤਾਂ ਅਸਾਂ ਤਾਂ ਇਸ ਗੱਲ ਨਾ ਕਰ ਸਕਦੇ ਨਾ ਅਸਾਂ ਕੋ ਫਿਰ ਤੋਂ ਮੁੱਕ ਚੁੱਕਾ ਲਿਆ ਅਸਾਂ ਕੋ ਦਲਾਲ ਆ ਯਾਰ ਚੱਲ ਨਹੀਂ ਪੇ ਸਮਝਣਾ ਤੂੰ ਤੇ ਮੈਂ ਦਲਾਲ ਆ ਨਹੀਂ ਲਾਲੇ ਕੋਲ ਕੋ ਜਾ ਕੇ ਵੀ ਤੁਸੀਂ ਕਿਹੜਾ ਕੋ ਨੂੰ ਉਹਨਾਂ ਨੂੰ ਆਫਰ ਲੈਸ ਉਹਨਾਂ ਨੂੰ ਉਠਾ ਵੀ ਹਾਂ ਭਈ ਇਹ ਜੀ ਅਸਾਂ ਉਹਨਾਂ ਨੂੰ ਗੱਲ ਕੀਤੀ ਭਾਈ ਬਿਰਾਂ ਦੇ ਉਹਨਾਂ ਨੇ ਫੇਰਾ ਮੇਰਾ ਕਰਾ ਕੇ ਤੋੜ ਦੇ ਸਾਂ ਗੱਲ ਨਹੀਂ ਪੇ ਸਮਝਣਾ ਤੂੰ ਆਪ ਗੱਲ ਕਰੇ ਨਾ ਮੈਂ ਭਾਈ ਗੱਲ ਕੇ 4 ਦਫਾ ਕਰ ਚੁੱਕਾ ਮੈਂ ਕਿਹੜਾ ਤੂੰ ਤੇਰੀ ਤੇ ਮੇਰੀ ਗੱਲ ਇਸ ਕੋ ਫਰਕ ਹੈ ਸਹੀ ਹੈ ਹਾਂ ਤੂੰ ਗੱਲ ਕਰਕੇ ਮੈਨੂੰ ਦੱਸ ਤਾਂ ਮੈਂ ਉਹਨਾਂ ਨੂੰ ਆਖਾਂ ਵਰ ਕਾਲੋ ਉਹਨਾਂ ਨੂੰ ਮੈਂ ਆਖਾਂ ਵੀ ਮੈਂ ਤੁਹਾਨੂੰ ਲੈ ਕੇ ਰਹਿਣਾ ਪਈਆਂ ਤੁਹਾਨੂੰ ਸਹੀ ਬਣਾ ਕੇ ਭੇਜੇ ਨੇ ਪਾਇਆ ਮੈਂ ਤੂੰ
ठीक है।